ਪੰਜਾਬ ਪੁਲਿਸ ਕਾਂਸਟੇਬਲ ਦੀ ਤਿਆਰੀ ਵਾਲੇ ਸਟੂਡੈਂਟਸ ਨੂੰ ਸਿਰਫ ਇੱਕ ਮੈਸੇਜ ਦੇਣਾ ਚਾਹੁੰਦਾ ਕਿ ਤੁਸੀਂ ਹੋਰ ਕੁਛ ਕਰੋ ਨਾ ਕਰੋ, ਕੋਈ ਸਬਜੈਕਟ ਪੜ੍ਹੋ ਨਾ ਪੜ੍ਹੋ, ਬਟ ਇੱਕ ਚੀਜ਼ ਜ਼ਰੂਰ ਕਰ ਲਿਓ। ਮੈਂ ਫਿਰ ਰਿਪੀਟ ਕਰ ਰਿਹਾ ਜੀ, ਕੋਈ ਹੋਰ ਕੰਮ ਕਰੋ ਨਾ ਕਰੋ, ਕੋਈ ਹੋਰ ਟੌਪਿਕ ਪੜ੍ਹੋ ਨਾ ਪੜ੍ਹੋ, ਸਿਰਫ ਇੱਕ ਕੰਮ ਜ਼ਰੂਰ ਕਰ ਲਿਓ, ਉਹ ਹੈਗਾ ਜੀ ਟੈਸਟ, ਔਨਲਾਈਨ ਟੈਸਟ, ਸੇਮ ਲੈਵਲ, ਸੇਮ ਪੈਟਰਨ, ਸੇਮ ਇੰਟਰਫੇਸ। ਦੇਖੋ, ਔਨਲਾਈਨ ਟੈਸਟ ਜ਼ਰੂਰ ਲਗਾ ਲਿਓ, ਜਿੰਨੇ ਲਗਾ ਲਓਗੇ ਉਨੇ ਘੱਟ ਹੈ। ਇਹਦੇ ਵਿੱਚ ਸਮਝਣ ਵਾਲੀ ਗੱਲ ਇਹ ਹੈਗੀ ਹੈ ਕਿ ਇਸ ਟਾਈਮ 'ਤੇ ਸਪੈਸ਼ਲੀ ਇਹ ਬਿਲਕੁਲ ਨਾ ਸੋਚਿਓ ਕਿ ਹਲੇ ਮੇਰਾ ਸਿਲੇਬਸ ਨਹੀਂ ਹੋਇਆ, ਹਲੇ ਮੇਰਾ ਇਹ ਟੌਪਿਕ ਨਹੀਂ ਹੋਇਆ, ਹਲੇ ਮੇਰਾ ਇਹ ਸਬਜੈਕਟ ਨਹੀਂ ਹੋਇਆ, ਵੀ ਪਹਿਲਾਂ ਮੈਂ ਆਪਣਾ ਸਾਰਾ ਸਿਲੇਬਸ ਤਾਂ ਖਤਮ ਕਰ ਲਾਂ ਫਿਰ ਲਾਸਟ ਦੇ ਵਿੱਚ ਆ ਕੇ ਟੈਸਟ ਲਗਾ ਲਵਾਂ। ਨਹੀਂ, ਤੁਹਾਨੂੰ ਵੈਸੇ ਤਾਂ ਮੇਰੇ ਅਕੋਰਡਿੰਗ ਡੇਲੀ ਹੀ ਕੋਈ ਨਾ ਕੋਈ ਔਨਲਾਈਨ ਟੈਸਟ ਦੇਣਾ ਚਾਹੀਦਾ। ਜੇ ਡੇਲੀ ਨਹੀਂ ਦੇ ਸਕਦੇ ਤਾਂ ਹਰ ਦੂਜੇ ਦਿਨ ਕੋਈ ਨਾ ਕੋਈ ਟੈਸਟ ਦਿਓ, ਹਰ ਤੀਜੇ ਦਿਨ ਮਿਨੀਮਮ, ਵੈਸੇ ਤਾਂ ਹਰ ਦੂਜੇ ਦਿਨ ਦੇਦੋ ਤਾਂ ਬੈਟਰ ਹੈ, ਹਰ ਤੀਜੇ ਦਿਨ ਤੁਸੀਂ ਔਨਲਾਈਨ ਟੈਸਟ ਫੁੱਲ ਲੈਂਥ ਲਗਾਓ। ਜਿਵੇਂ ਤੁਹਾਡਾ ਉੱਥੇ 100 ਨੰਬਰ ਦਾ ਪੇਪਰ ਹੈਗਾ, ਜਿਵੇਂ ਜਿਵੇਂ ਹੈਗਾ ਵੀ 35 ਨੰਬਰ ਦੀ ਉਹ ਹੈ, 20 ਨੰਬਰ ਦੀ ਉਹ, ਉਸੀ ਪੈਟਰਨ ਦੇ ਉੱਤੇ ਉਸੀ ਲੈਵਲ ਦਾ ਪੇਪਰ ਦੇਣ ਦੀ ਕੋਸ਼ਿਸ਼ ਕਰੋ। ਪੂਰੇ ਦਾ ਪੂਰਾ ਪੇਪਰ ਦਿਓ, ਚਾਹੇ ਤੁਹਾਨੂੰ ਮੈਥਸ ਆਉਂਦਾ ਚਾਹੇ ਨਹੀਂ, ਚਾਹੇ ਇੰਗਲਿਸ਼ ਵਧੀਆ ਲੱਗਦੀ ਹੈ ਚਾਹੇ ਨਹੀਂ, ਚਾਹੇ ਤੁਹਾਡੇ ਕਰੰਟ ਅਫੇਅਰਸ ਪੂਰੇ ਹੋ ਜਾਏ ਨੇ ਚਾਹੇ ਨਹੀਂ। ਮੈਂ ਫਿਰ ਇੱਕੀ ਗੱਲ ਨੂੰ ਵਾਰ ਵਾਰ ਰਿਪੀਟ ਕਰ ਰਿਹਾ, ਤੁਹਾਨੂੰ ਬਹੁਤ ਵਾਰ ਇਹ ਲੱਗੇਗਾ ਵੀ ਹਲੇ ਸਾਡਾ ਸਿਲੇਬਸ ਨਹੀਂ ਹੋਇਆ, ਵੀ ਆਪਾਂ ਜਲਦੀ ਜਲਦੀ ਪਹਿਲਾਂ ਸਿਲੇਬਸ ਖਤਮ ਕਰ ਲਈਏ, ਪੇਪਰ ਆਉਣ ਵਾਲਾ, ਫਿਰ ਆਪਾਂ ਟੈਸਟ ਐਂਡ ਦੇਖ ਲਾਂਗੇ ਇੱਕ ਅੱਧਾ ਦੇ ਦਾਂਗੇ। ਨਹੀਂ, ਜਦੋਂ ਤੱਕ ਤੁਸੀਂ ਟੈਸਟ ਨਹੀਂ ਦਿਓਗੇ ਗੱਲ ਨਹੀਂ ਬਣੇਗੀ। ਬਹੁਤ ਰੇਅਰ ਚਾਂਸਿਸ ਨੇ, ਉਹ ਤਾਂ ਬਣਦੀ ਹੁੰਦੀ ਹੈ ਜੇ ਤੁਸੀਂ ਪਹਿਲਾਂ ਵੈਸੇ ਬਹੁਤ ਔਨਲਾਈਨ ਟੈਸਟ ਦਿੱਤੇ ਹੋਏ ਨੇ ਲਾਈਫ ਦੇ ਵਿੱਚ, ਜਾਂ ਵੈਸੇ ਤੁਸੀਂ ਜਿਹੜਾ ਹੈਗਾ ਪ੍ਰੈਕਟਿਸ ਪਹਿਲਾਂ ਕਿਸੇ ਟਾਈਮ 'ਤੇ ਬਹੁਤ ਟੈਸਟ ਦੀ ਕੀਤੀ ਹੋਈ ਹੈ। ਅਦਰਵਾਈਜ਼ ਔਨਲਾਈਨ ਟੈਸਟ ਮਸਟ ਹੈ। ਜੇ ਤੁਸੀਂ ਫਸਟ ਟਾਈਮ ਅਪੀਅਰ ਹੋਣ ਜਾ ਰਹੇ ਹੋ ਪੇਪਰ ਦੇ ਵਿੱਚ, ਫਿਰ ਤਾਂ ਮੈਂ ਤੁਹਾਨੂੰ ਇਸ ਚੀਜ਼ ਦਾ ਚੈਲੇਂਜ ਕਰ ਸਕਦਾ। ਜੇ ਤੁਸੀਂ ਔਨਲਾਈਨ ਟੈਸਟ ਨਹੀਂ ਲਗਾ ਕੇ ਜਾਓਗੇ, ਜ਼ਿਆਦਾ ਨਾਲ ਵਰਡ ਮੈਂ ਜ਼ਿਆਦਾ ਵੀ ਯੂਜ ਕਰ ਰਿਹਾ, ਤਾਂ ਪੇਪਰ 'ਚ ਬਹੁਤ ਹੀ ਰੇਅਰ ਚਾਂਸਿਸ ਹੈ ਕਿ ਤੁਹਾਨੂੰ ਸਕਸੈਸ ਮਿਲੇ। ਤਾਂ ਮੈਂ ਡਰਾ ਨਹੀਂ ਰਿਹਾ ਜੀ, ਸਮਝਾ ਰਿਹਾ, ਅਤੇ ਉਮੀਦ ਕਰਦਾ ਕਿ ਸਮੇਂ ਤੋਂ ਪਹਿਲਾਂ ਜ਼ਰੂਰ ਸਮਝ ਜਾਓਗੇ ਜੇ ਤੁਹਾਡੀ ਐਕਚੁਅਲ ਦੇ ਵਿੱਚ ਡਰੀਮ ਜੋਬ ਹੈਗੀ ਹੈ ਯੂਨੀਫਾਰਮ ਪਾਉਣਾ। ਯੂਨੀਫਾਰਮ ਵਾਲੀ ਜੇ ਡਰੀਮ ਜੋਬ ਹੈਗੀ ਹੈ, ਪੰਜਾਬ ਪੁਲਿਸ ਡਰੀਮ ਜੋਬ ਹੈਗੀ ਹੈ, ਤਾਂ ਸਮੇਂ ਤੋਂ ਪਹਿਲਾਂ ਸਹੀ ਚੀਜ਼ ਸਮਝ ਲਓ। ਅਦਰਵਾਈਜ਼ ਫਿਰ ਮੈਂ ਕਹਿੰਦਾ ਹੁੰਦਾ ਵੀ ਉਸ ਤੋਂ ਬਾਅਦ ਤਾਂ ਤੁਹਾਡੇ ਕੋਲ ਇੱਕ ਚੀਜ਼ ਤੁਹਾਨੂੰ ਮਿਲਣੀ ਓ ਮਿਲਣੀ ਹੈ, ਉਹ ਹੈਗਾ ਪਛਤਾਵਾ, ਉਹ ਤੁਹਾਨੂੰ ਹੋਣਾ ਹੀ ਹੋਣਾ। ਤਾਂ ਫਿਰ ਲਾਸਟ ਦੇ ਵਿੱਚ ਵਾਰਨਿੰਗ ਕਹਿ ਲਓ, ਆਰਡਰ ਕਹਿ ਲਓ, ਸੁਜੈਸ਼ਨ ਕਹਿ ਲਓ, ਐਡਵਾਈਸ ਕਹਿ ਲਓ, ਠੀਕ ਹੈ, ਕੁਛ ਵੀ ਕਹਿ ਸਕਦੇ ਹੋ ਵੀ ਐਡਵਾਈਸ ਹੈਗੀ ਹੈ, ਸੁਜੈਸ਼ਨ ਹੈਗਾ, ਆਰਡਰ ਹੈਗਾ, ਵਾਰਨਿੰਗ ਹੈਗੀ ਹੈ ਕਿ ਟੈਸਟ ਇਜ਼ ਮਸਟ। ਤੁਹਾਡਾ ਸ਼ਡਿਊਲ ਇਹ ਹੋਣਾ ਚਾਹੀਦਾ ਵੀ ਤੁਸੀਂ ਟੈਸਟ ਦਿੱਤਾ, ਐਨਾਲਾਈਜ਼ ਕੀਤਾ, ਰੈਸਟ ਕੀਤਾ। ਟੈਸਟ ਕਿਵੇਂ ਦੇਣਾ, ਟੈਸਟ ਕਿਹੜਾ ਦੇਣਾ ਚਾਹੀਦਾ, ਟੈਸਟ ਨੂੰ ਐਨਾਲਾਈਜ਼ ਕਿਵੇਂ ਕਰਨਾ ਚਾਹੀਦਾ, ਜੇ ਤੁਹਾਡੇ ਹਲੇ ਵੀ ਇਹ ਡਾਊਟ ਹੈਗੇ ਨੇ ਤਾਂ ਤੁਸੀਂ ਕੰਟੈਕਟ ਨੰਬਰ 'ਤੇ ਕੰਟੈਕਟ ਕਰ ਸਕਦੇ ਹੋ, ਇੰਸਟੀਟਿਊਟ ਆ ਕੇ ਇੱਕ ਦਿਨ ਮਿਲ ਕੇ ਜਾ ਸਕਦੇ ਹੋ ਜੀ, ਫਰੀ ਆਫ ਕੋਸਟ ਗਾਈਡੈਂਸ ਅਵੇਲੇਬਲ ਹੈ। ਐਡਵਾਈਸ, ਸੁਜੈਸ਼ਨ, ਹੈਲਪ, ਸਪੋਰਟ, ਕੋਈ ਵੀ ਤੁਹਾਨੂੰ ਰਿਕੁਆਇਰਮੈਂਟ ਹੈਗੀ ਹੈ ਤੁਸੀਂ ਕੰਟੈਕਟ ਨੰਬਰ 'ਤੇ ਕੰਟੈਕਟ ਕਰ ਸਕਦੇ ਹੋ। ਬਾਕੀ ਜੇ ਕਿਸੇ ਨੂੰ ਇਹ ਲੱਗ ਰਿਹਾ ਵੀ ਅਸੀਂ ਬਹੁਤ ਪੜ੍ਹ ਲਏ, ਹੁਣ ਸਾਡੇ ਤੋਂ ਆਪ ਨਹੀਂ ਪੜ੍ਹਿਆ ਜਾ ਰਿਹਾ, ਸਾਡੇ 'ਤੇ ਜਿਹੜਾ ਹੈਗਾ ਡੇ ਬਾਏ ਡੇ ਪ੍ਰੈਸ਼ਰ ਬਣ ਰਿਹਾ, ਸਾਨੂੰ ਡਾਊਟ ਆ ਰਿਹਾ, ਸਾਨੂੰ ਡਰ ਲੱਗ ਰਿਹਾ, ਉਹ ਚੀਜ਼ਾਂ ਪ੍ਰੋਬਲਮਸ ਆ ਰਹੀਆਂ ਨੇ, ਤਾਂ ਵੀ ਤੁਸੀਂ ਕੰਟੈਕਟ ਨੰਬਰ 'ਤੇ ਕੰਟੈਕਟ ਕਰ ਸਕਦੇ ਹੋ।
ਪੰਜਾਬ ਪੁਲਿਸ ਕੋਂਸਟੇਬਲ ਨੂੰ ਲੈ ਕੇ ਪਰਟੀਕੂਲਰਲੀ ਸਾਡੀਆਂ ਕਲਾਸਿਸ ਜਿਹੜੀਆਂ ਹੈਗੀਆਂ ਨੇ ਜਿਹਦੇ ਵਿੱਚ ਅਸੀਂ ਖਾਸ ਧਿਆਨ ਦੇ ਰਹੇ ਹਾਂ PYQ ਨੂੰ ਕਿਵੇਂ ਕਰਨਾ, ਮੈਥਸ ਇੰਗਲਿਸ਼ ਕਰੰਟ ਅਫੇਅਰਸ ਨੂੰ ਕਿਵੇਂ ਕਰਨਾ, ਤਾਂ ਇਹਦੇ ਵਿੱਚ ਤੁਸੀਂ ਐਨਰੋਲ ਕਰ ਸਕਦੇ ਹੋ। ਬਹੁਤ ਹੀ ਮਿਨੀਮਮ ਜੇ ਚਾਰਜਿਸ ਨੇ, ਆਫਲਾਈਨ ਕਲਾਸਿਸ ਵੀ ਨੇ ਸਿਰਫ ਇੰਨੇ ਚਾਰਜਿਸ ਦੇ ਵਿੱਚ, ਤਾਂ ਤੁਹਾਨੂੰ ਸਾਰਾ ਕੰਟੈਂਟ ਵੀ ਮਿਲ ਜਾਏਗਾ, ਸਭ ਕੁਝ ਤੁਹਾਨੂੰ ਪੜ੍ਹਨ ਲਈ ਮਿਲ ਜਾਏਗਾ। ਤੁਸੀਂ ਇਹਦੇ ਵਿੱਚ ਉਰੇ ਆ ਕੇ ਜਿਹੜਾ ਹੈਗਾ ਕਲਾਸਿਸ ਵੀ ਲਗਾ ਸਕਦੇ ਹੋ, ਉਰੇ ਆ ਕੇ ਤੁਸੀਂ ਜਿਹੜਾ ਹੈਗਾ ਟੈਸਟ ਵੀ ਦੇ ਸਕਦੇ ਹੋ, ਬੱਚਿਆਂ ਦੇ ਨਾਲ ਡਿਸਕਸ ਕਰ ਸਕਦੇ ਹੋ। ਆਲਰੇਡੀ ਜਿਹੜੇ ਬੱਚੇ ਮਤਲਬ ਬਹੁਤ ਵਧੀਆ ਲੈਵਲ 'ਤੇ ਤਿਆਰੀ ਕਰ ਚੁੱਕੇ ਨੇ, ਉਹਨਾਂ ਨਾਲ ਤੁਸੀਂ ਬੈਠੋਗੇ ਤਾਂ ਸਿੱਖੋਗੇ ਕੁਛ। ਪੋਜ਼ੀਟਿਵ ਇਨਵਾਇਰਮੈਂਟ ਓਬਵੀਅਸਲੀ ਤੁਹਾਨੂੰ ਪੋਜ਼ੀਟਿਵ ਕਰੇਗਾ, ਤੁਹਾਨੂੰ ਇਹ ਨਹੀਂ ਹੈ ਵੀ ਉਹਨਾਂ ਨੂੰ ਆਉਂਦਾ ਅਤੇ ਤੁਹਾਨੂੰ ਆਉਂਦਾ ਨਹੀਂ ਤਾਂ ਤੁਸੀਂ ਨੈਗੇਟਿਵ ਹੋ ਜਾਓਗੇ, ਇਹੋ ਜਿਹਾ ਕੁਛ ਨਹੀਂ ਹੁੰਦਾ ਹੁੰਦਾ ਉਹਨਾਂ ਤੋਂ, ਤੁਸੀਂ ਸਿੱਖੋਗੇ। ਠੀਕ ਹੈ ਜੀ, ਤਾਂ ਫਿਰ ਉਹੀ ਗੱਲ, ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਅਤੇ ਲਾਈਕ ਜ਼ਰੂਰ ਕਰ ਦਿਓ, ਬਾਕੀ ਇਸ ਨੰਬਰ 'ਤੇ ਕੋਂਟੈਕਟ ਕਰੋ। ਬਾਕੀ ਅੱਜ ਦਾ ਮੇਨ ਆਪਣਾ ਸੀਗਾ ਟੈਸਟ, ਬਾਅਦ ਦੇ ਵਿੱਚ ਨਾ ਕਹਿਓ ਜੀ ਅਸੀਂ ਤਾਂ ਤੁਹਾਡੀਆਂ ਵੀਡੀਓਜ਼ ਦੇਖੀਆਂ, ਅਸੀਂ ਤਾਂ ਇੰਨਾ ਪੜ੍ਹੇ, ਅਸੀਂ ਤਾਂ ਕਲਾਸਾਂ ਲਗਾਈਆਂ, ਅਸੀਂ ਤਾਂ ਇਹ ਕੀਤਾ ਉਹ ਕੀਤਾ, ਪੇਪਰ 'ਚ ਗੱਲ ਨਹੀਂ ਬਣੀ। ਮੈਨੂੰ ਇਹ ਜ਼ਰੂਰ ਦੱਸ ਦਿਓ ਵੀ ਅਸੀਂ ਤਾਂ ਜੀ ਅਸੀਂ 50 ਤੋਂ ਉੱਪਰ ਟੈਸਟ ਦਿੱਤੇ ਨੇ, ਅਸੀਂ ਤਾਂ ਆਹ ਟੈਸਟ ਦਿੱਤਾ, ਆਹ ਟੈਸਟ ਦਿੱਤਾ, ਆਹ ਮੇਰਾ ਇਹ ਸਕੋਰ ਸੀਗਾ, ਇੰਨੇ ਵਜੇ ਮੈਂ ਆਹ ਟੈਸਟ ਦਿੱਤਾ। ਇਹ ਚੀਜ਼ ਮੈਨੂੰ ਦਿਖਾ ਦਿਓ ਵੀ ਅਸੀਂ ਐਵੇਂ ਐਨਾਲਾਈਜ਼ ਕੀਤਾ, ਪ੍ਰੋਪਰਲੀ ਸੀਰੀਅਸਲੀ ਟੈਸਟ ਦਿੱਤੇ। ਇਹ ਨਹੀਂ ਚੱਲਦੇ ਫਿਰਦੇ ਟੈਸਟ ਵੀ 10 ਕੁਸ਼ਚਨ ਕਰ ਲਏ, 15 ਕੁਸ਼ਚਨ, ਨਹੀਂ, ਇਹ ਚੀਜ਼ ਦਿਖਾ ਦਿਓ ਫਿਰ ਮੈਨੂੰ ਦੱਸਿਓ ਵੀ ਆਹ ਦੇਖੋ ਜੀ ਅਸੀਂ ਤਾਂ ਟੈਸਟ ਵੀ ਦਿੱਤੇ ਸੀ ਸੀਰੀਅਸਲੀ, ਜਿਵੇਂ ਤੁਸੀਂ ਕਿਹਾ ਸੀ ਉਵੇਂ ਟੈਸਟ ਦਿੱਤੇ ਸੀ, ਫਿਰ ਵੀ ਪੇਪਰ 'ਚ ਗੱਲ ਨਹੀਂ ਬਣੀ, ਫਿਰ ਮੈਂ ਦੇਖਾਂ। ਅਦਰਵਾਈਜ਼ ਮੈਂ ਫਿਰ ਉਹੀ ਕਹਿ ਰਿਹਾ, ਜਿੰਨਾ ਮਰਜ਼ੀ ਪੜ੍ਹ ਲਓ, ਫਿਰ ਗੱਲ ਰਿਪੀਟ ਹੋ ਰਹੀ ਹੈ ਕਿਉਂਕਿ ਰਿਪੀਟ ਦੀ ਮੈਨੂੰ ਰਿਕੁਆਇਰਮੈਂਟ ਫੀਲ ਹੋ ਰਹੀ ਹੈ, ਜਿੰਨਾ ਮਰਜ਼ੀ ਪੜ੍ਹ ਲਓ ਜੀ, ਜੋ ਮਰਜ਼ੀ ਕਰ ਲਓ, ਜਦ ਤੱਕ ਔਨਲਾਈਨ ਟੈਸਟ ਔਨ ਰਿਪੀਟ ਨਹੀਂ ਦਿਓਗੇ, ਮੈਥਸ ਰੀਜ਼ਨਿੰਗ ਦੇ ਹੋ ਸਕਦਾ ਪੇਪਰ ਕੁਸ਼ਚਨ ਨਾ ਹੋਣ, ਹੋ ਸਕਦਾ ਕਿ ਬਹੁਤ ਚਾਂਸਿਸ ਹੁੰਦੇ ਨੇ, ਪ੍ਰੈਸ਼ਰ ਬਣ ਜਾਂਦਾ, ਸਟ੍ਰੈਸ ਬਣ ਜਾਂਦਾ, ਔਨਲਾਈਨ ਪੇਪਰ ਦੇਣ ਦੀ ਹੈਬਿਟ ਹੁੰਦੀ ਨਹੀਂ, ਫਿਰ ਕਹਿੰਦੇ ਹੋ ਅਸੀਂ ਸਕਰੋਲ ਕਰਨ ਲੱਗ ਗਏ, ਇਹ ਕਰਨ ਲੱਗ ਗਏ, ਉਹ ਕਰਨ ਲੱਗ ਗਏ, ਉਹ ਫਿਰ ਐਕਸਕਿਊਜ਼ ਹੁੰਦੇ ਨੇ, ਲੈਕ ਆਫ ਪ੍ਰੈਪਰੇਸ਼ਨ ਹੁੰਦੀ ਆ। ਪ੍ਰੈਪਰੇਸ਼ਨ ਦਾ ਹੀ ਪਾਰਟ ਹੈ, ਬਹੁਤ ਵੱਡਾ ਪਾਰਟ ਹੈ ਔਨਲਾਈਨ ਟੈਸਟ ਦੇਣਾ। ਠੀਕ ਹੈ ਜੀ, ਮੈਂ ਉਮੀਦ ਕਰਦਾ ਜੀ ਅੱਜ ਦੀ ਜਿਹੜੀ ਆਪਣੀ ਡਿਸਕਸ਼ਨ ਹੈ ਜਾਂ ਔਨਲਾਈਨ ਟੈਸਟ ਬਾਰੇ ਚਰਚਾ ਇੰਨੀ ਸਫੀਸ਼ੀਐਂਟ ਰਹੇਗੀ, ਕਿਸੇ ਬੱਚੇ ਦਾ ਹੁਣ ਕੋਈ ਡਾਊਟ ਨਹੀਂ ਰਹੇਗਾ, ਕੋਈ ਕੁਐਸਚਨ ਨਹੀਂ ਰਹੇਗਾ, ਕੁਐਰੀ ਨਹੀਂ ਰਹੇਗੀ ਵੀ ਟੈਸਟ ਦੇਣੇ ਚਾਹੀਦੇ ਆ ਕਿ ਨਹੀਂ, ਕੀ ਕਰੀਏ ਕੀ ਨਾ ਕਰੀਏ। ਠੀਕ ਹੈ, ਜੇ ਹੈਗੇ ਨੇ ਤਾਂ ਕੋਂਟੈਕਟ ਨੰਬਰ 'ਤੇ ਕੋਂਟੈਕਟ ਕਰੋ, ਜੇ ਬੈਚ ਜੁਆਇਨ ਕਰਨਾ ਚਾਹੁੰਦੇ ਹੋ, ਕਲਾਸਿਸ ਜੁਆਇਨ ਕਰਨੇ ਕਹਿੰਦੇ ਹੋ, ਕਲਾਸਿਸ ਜੁਆਇਨ ਕਰੋ। ਪਟਿਆਲਾ ਦੇ ਵਿੱਚ ਕਲਾਸਿਸ ਚੱਲ ਰਹੀਆਂ ਨੇ, ਔਨਲਾਈਨ ਕਲਾਸਿਸ ਵੀ ਹੈਗੀਆਂ ਨੇ, ਲਾਈਵ ਕਲਾਸਿਸ ਨੇ, ਹਰ ਟਾਈਮ 'ਤੇ ਅਵੇਲੇਬਲ ਹੋਣਗੀਆਂ। ਇਹ ਨਹੀਂ ਹੈ ਵੀ ਤੁਸੀਂ ਕਲਾਸ ਦਾ ਸਮਾਂ ਤੁਹਾਡੇ ਸਮੇਂ ਨਾਲ ਮੈਚ ਨਾ ਕਰੇ, ਵੈਸੇ ਤਾਂ ਇਸ ਟਾਈਮ 'ਤੇ ਤੁਹਾਨੂੰ ਜਿਹੜਾ ਹੈਗਾ ਸਾਰੇ ਪਾਸੋਂ ਆਪਣੇ ਆਪ ਨੂੰ ਫ੍ਰੀ ਕਰ ਲੈਣਾ ਚਾਹੀਦਾ, ਜੇ ਕਿਤੇ ਜੋਬ ਕਰ ਰਹੇ ਹੋ ਤਾਂ ਛੁੱਟੀ ਲੈ ਲੈਣੀ ਚਾਹੀਦੀ ਹੈ, ਸੋ ਐਂਡ ਸੋ। ਠੀਕ ਹੈ ਨਾ, ਆਪਣੇ ਬੈਸਟ ਐਫਰਟਸ ਲਗਾਓ, ਪੇਪਰ ਨੂੰ ਕੱਢ ਕੇ ਆਓ। ਵਿਸ਼ ਯੂ ਆਲ ਦਾ ਬੈਸਟ, ਵੰਸ ਅਗੇਨ ਵਿਸ਼ ਯੂ ਆਲ ਦਾ ਬੈਸਟ। ਤਾਂ ਤੁਹਾਡੀ ਯੂਨੀਫਾਰਮ ਤੁਹਾਨੂੰ ਬਹੁਤ ਜਲਦੀ ਮਿਲ ਜਾਏਗੀ, ਜੇ ਬਹੁਤ ਜਲਦੀ ਜਿਹੜਾ ਹੈਗਾ ਟੈਸਟ ਦੇਣੇ ਜ਼ਿਆਦਾ ਤੋਂ ਜ਼ਿਆਦਾ ਸਟਾਰਟ ਕਰ ਦੋਗੇ। ਧੰਨਵਾਦ।